ਸਤਿ ਸ਼੍ਰੀ ਅਕਾਲ ਜੀ, ਮੈਂ ਦਲਜੀਤ ਕੌਰ, ਪਿੰਡ ਸਿੱਧਵਾਂ ਬੇੜ ਤੋਂ। ਮੈਂ ਜੀ 1 ਸਾਲ ਪਹਿਲਾਂ ਲਗਭਗ ਇੱਥੇ ਆਪਰੇਸ਼ਨ ਕਰਵਾਇਆ ਸੀਗਾ। ਮੇਰਾ ਉਸ ਟਾਈਮ 120 ਕਿਲੋ ਵੇਟ ਸੀਗਾ, ਹੁਣ ਮੇਰਾ 40 ਕਿਲੋ ਵੇਟ ਘੱਟ ਚੁੱਕਿਆ। 2 ਮਹੀਨੇ ਹੋਇਆ ਸੀ ਆਪਰੇਸ਼ਨ ਕਰਵਾਈ ਨੂੰ, ਉਸ ਟਾਈਮ ਮੇਰਾ 15 ਕੇਜੀ ਵੇਟ ਘਟਿਆ ਸੀ। ਮੈਂ ਉਦੋਂ ਤੁਹਾਡੇ ਰੂਬਰੂ ਵੀ ਹੋਈ ਸੀ, ਬਟ ਅੱਜ ਮੈਂ ਮੇਰੀ ਸਿਸਟਰ ਦਾ ਅੱਜ ਇੱਥੇ ਓਪਰੇਟ ਹੋਇਆ, ਉਹਨਾਂ ਨੂੰ ਮੈਂ ਹੀ ਇਨਕੋਰੇਜ ਕੀਤਾ ਸੀ ਵੀ ਸਭ ਤੋਂ ਵਧੀਆ ਡਾਕਟਰ ਅਮਿਤ ਸੂਦ ਨੇ, ਵੀ ਉਹਨਾਂ ਨਾਲ ਤੁਸੀਂ ਜਾ ਕੇ ਰਾਬਤਾ ਕਾਇਮ ਕਰੋ। ਉਹ ਫਿਰ 15 ਅਗਸਤ ਵਾਲੇ ਦਿਨ ਇੱਥੇ ਆਏ, ਉਹਨਾਂ ਨੇ ਸਾਰੀ ਇਹਨਾਂ ਦੀ ਸਲਾਹ ਵਗੈਰਾ ਲਈ, ਕਿਉਂਕਿ ਜਿਹੜੀਆਂ ਪ੍ਰੋਬਲਮਸ ਮੈਨੂੰ ਸੀ ਜਿਵੇਂ ਸ਼ੂਗਰ, ਡਿਪਰੈਸ਼ਨ, ਮਾਈਗਰੇਨ ਅਤੇ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਪ੍ਰੋਬਲਮਸ ਜੋ ਮੈਂ ਤੁਹਾਡੇ ਨਾਲ ਸਾਰੀਆਂ ਸ਼ੇਅਰ ਨਹੀਂ ਕਰ ਸਕਦੀ, ਅਤੇ ਉਹ ਸਾਰੀਆਂ ਪ੍ਰੋਬਲਮਸ ਮੈਨੂੰ ਹੈਗੀਆਂ ਸੀ। ਬਟ ਮੈਂ ਹੁਣ ਆਪਰੇਸ਼ਨ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਦੇ ਨਾਲ ਠੀਕ ਹਾਂ। ਮੈਂ ਵਧੀਆ ਖਾਂਦੀ ਪੀਂਦੀ ਹਾਂ। ਮੈਂ ਤੁਸੀਂ ਮੈਨੂੰ ਪਹਿਲੀ ਵੀਡੀਓ ਦੇ ਵਿੱਚ ਦੇਖਿਆ ਹੋਊਗਾ, ਇੱਥੇ ਡਾਕਟਰ ਸਾਹਿਬ ਨੂੰ ਮੈਂ ਇੱਕ ਤਾਨਾ ਦਿੱਤਾ ਸੀ ਵੀ ਮੈਂ ਤਾਂ ਤੁਹਾਨੂੰ ਮੰਨਾਂ ਜੇ ਤੁਸੀਂ ਮੈਨੂੰ ਗੁਲਾਬ ਜਾਮਣਾ ਖਵਾਓ, ਪਰ ਉਹਨਾਂ ਨੇ ਮੇਰਾ ਉਹ ਵਾਅਦਾ ਤਕਰੀਬਨ 2 ਮਹੀਨੇ ਬਾਅਦ ਹੀ ਪੂਰਾ ਕਰਤਾ ਸੀਗਾ ਵੀ ਤੁਸੀਂ ਲਓ ਗੁਲਾਬ ਜਾਮਣਾ ਖਾਓ। ਮੈਂ ਇੰਜੋਏ ਕੀਤੀ ਇੱਥੇ ਬੈਠ ਕੇ, ਇਸੇ ਰੂਮ ਦੇ ਵਿੱਚ ਬੈਠ ਕੇ ਡਾਕਟਰ ਸਾਹਿਬ ਦੇ ਨਾਲ ਇੰਜੋਏ ਕੀਤੀ ਗੁਲਾਬ ਜਾਮਣ ਖਾ ਕੇ, ਅਤੇ ਅੱਜ ਮੈਂ ਸਭ ਕੁਛ ਖਾਂਦੀ ਪੀਂਦੀ ਹਾਂ ਬਿਨਾਂ ਕੁਛ ਛੱਡੇ। ਮੈਂ ਆਪਣਾ 40 ਕਿਲੋ ਵੇਟ ਘਟਾ ਲਿਆ। ਵੈਸੇ ਤਾਂ ਡਾਕਟਰ ਸਾਇਦ ਕਰਨ ਨੂੰ ਸਭ ਨੂੰ ਕਹਿੰਦੇ ਆ ਵੀ ਤੁਰੋ ਫਿਰੋ ਵੱਧ ਤੋਂ ਵੱਧ, ਬਟ ਮੇਰਾ ਮੈਂ ਹੈਗੀ ਹਾਂ ਟੀਚਰ ਜੀ, ਮੇਰਾ ਪ੍ਰੋਫੈਸ਼ਨ ਇਹੋ ਜਿਹਾ, ਮੇਰਾ ਬੈਠਣ ਦਾ ਵਰਕ ਜ਼ਿਆਦਾ, ਅਤੇ ਮੈਂ ਕੋਈ ਤੁਰਦੀ ਫਿਰਦੀ ਨਹੀਂ, ਪਰ ਫਿਰ ਵੀ ਮੇਰਾ ਇੰਨਾ ਅੱਛਾ ਰਿਜ਼ਲਟ, ਮੇਰੇ ਅੱਛੇ ਰਿਜ਼ਲਟ ਨੂੰ ਦੇਖਦੇ ਹੋਏ ਮੇਰੀ ਸਿਸਟਰ ਨੇ, ਮੇਰੇ ਬ੍ਰਦਰ ਇਨ ਲਾਅ ਨੇ ਡਿਸੀਜ਼ਨ ਇਹ ਲਿਆ ਵੀ ਅਸੀਂ ਭੈਣੇ ਜਿੱਥੇ ਤੁਸੀਂ ਓਪਰੇਟ ਕਰਵਾਇਆ ਅਸੀਂ ਉੱਥੇ ਹੀ ਓਪਰੇਟ ਕਰਵਾਉਣਾ। ਫਿਰ ਅੱਜ ਉਹਨਾਂ ਦੀ ਸਰਜਰੀ ਹੋਈ ਹੈ, ਮੈਂ ਉਹਨਾਂ ਨੂੰ ਦੇਖਭਾਲ ਕਰਨ ਆਈ ਹਾਂ, ਮੈਨੂੰ ਬੜਾ ਵਧੀਆ ਲੱਗਿਆ। ਅਤੇ ਮੈਨੂੰ ਅੱਜ ਫਿਰ ਲੱਗਿਆ ਵੀ ਮੈਂ ਤੁਹਾਨੂੰ ਕੋਈ ਇਹਦੇ ਰਾਹੀਂ ਮੈਸੇਜ ਦੇਵਾਂ, ਨਵਾਂ ਕੁਛ ਮੈਸੇਜ ਦੇਵਾਂ ਵੀ ਤੁਸੀਂ ਕਿੱਥੇ ਜਾ ਕੇ ਤੁਸੀਂ ਵਧੀਆ ਕਿਸਮ ਦਾ ਆਪਣਾ ਇਲਾਜ ਕਰਵਾ ਸਕਦੇ ਹੋ, ਅਤੇ ਮੋਟਾਪੇ ਵਰਗੀ ਬਹੁਤ ਜ਼ਿਆਦਾ ਭੈੜੀ ਬਿਮਾਰੀ ਤੋਂ ਰਾਹਤ ਪਾ ਸਕਦੇ ਹੋ, ਜਿਹਦੇ ਨਾਲ ਆਪਾਂ ਨੂੰ ਇੱਕ ਮੋਟਾਪਾ, ਇਹ ਆਪਾਂ ਇਹ ਨਹੀਂ ਕਹਿ ਸਕਦੇ ਮੋਟਾਪਾ ਸਿਰਫ ਮੋਟਾਪਾ ਹੀ ਹੈ, ਮੋਟਾਪਾ ਬਹੁਤ ਸਾਰੀਆਂ ਬਿਮਾਰੀਆਂ ਨੂੰ ਜਨਮ ਦਿੰਦਾ। ਜਿਵੇਂ ਮੈਂ ਤਾਂ ਆਪਣਾ ਇਹ ਜਿਹੜਾ ਹੈਗਾ ਸੀ ਮਾੜਾ ਵਕਤ ਹੰਢਾ ਚੁੱਕੀ ਹਾਂ, ਮੈਂ ਮਤਲਬ ਬਿਲਕੁਲ ਵੀ ਤੁਰ ਫਿਰ ਨਹੀਂ ਸੀ ਸਕਦੀ ਹੁੰਦੀ, ਬਟ ਅੱਜ ਮੈਨੂੰ ਚਾਹੇ ਪੂਰੇ 4-5 ਕਿਲੋਮੀਟਰ ਤੁਰਨਾ ਪੈ ਜਾਵੇ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਤੁਰਨ ਫਿਰਨ ਦੇ ਵਿੱਚ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ।